ਸਾ ਜੀ ਭੈਣ ਭਰਾਵਾਂ ਦਾ, ਪਿਓ ਧੀ ਦਾ, ਮਾਂ ਪੁੱਤਰ ਦਾ, ਇਹ ਜੋੜੇ ਲੱਗਦੇ ਨੇ? ਲੱਗਦੇ ਨੇ, ਬਿਲਕੁਲ ਲੱਗਦੇ ਨੇ। ਔਰ ਇਹਨਾਂ ਦੇ ਰਿਜ਼ਲਟ ਚੰਗੇ ਹੁੰਦੇ ਨੇ। ਕਿਸ ਤਰ੍ਹਾਂ? ਉਡਾਨ 'ਚ। ਅੱਛਾ ਅੱਛਾ ਰਿਜ਼ਲਟ ਹੁੰਦਾ। ਇਹਦੇ ਬਾਰੇ ਕੋਈ ਦਲੀਲ, ਕੋਈ ਮਿਸਾਲ ਸਾਨੂੰ ਦੱਸੋ। ਲੋਕ ਬੜਾ ਬੁਰਾ ਮਨਾਉਂਦੇ ਨੇ ਇਸ ਗੱਲ ਤੋਂ। ਔਰ ਇਹ ਹਵਾਨਾਤ ਨੇ, ਇਹ ਕੋਈ ਇਨਸਾਨ ਥੋੜ੍ਹੀ ਨੇ, ਇਹ ਤਾਂ ਹਵਾਨਾਤ ਨੇ। ਜੰਗਲਾਂ 'ਚ ਜਾਓ, ਜੰਗਲੀ ਕਬੂਤਰ ਨੇ, ਕਿਆ ਇਹ ਆਪਸ 'ਚ ਨਹੀਂ ਕਰਾਸ ਹੁੰਦੇ? ਇਹ ਹਵਾਨਾਤ ਜੰਗਲਾਂ 'ਚ ਜਾਓ, ਮੱਝਾਂ ਗਾਵਾਂ ਆਪਸ 'ਚ ਨਹੀਂ ਕਰਾਸ ਹੁੰਦੀਆਂ? ਜਿੰਨੇ ਵੀ ਜਾਨਵਰ ਨੇ ਦੇਖੋ ਤੁਸੀਂ, ਬਿੱਲੀ ਏ, ਸ਼ੇਰ ਏ, ਕੁੱਤੇ ਨੇ, ਆਪਸ 'ਚ ਵੀ ਕਰਾਸ ਹੁੰਦੇ ਨੇ। ਇਹ ਹਵਾਨਾਤ ਏ, ਇਸੇ ਅਸੀਂ ਲੋਕ ਆਪਣੇ ਜ਼ਿਹਨ ਦੇ ਮੁਤਾਬਕ ਕਹਿੰਦੇ ਹਾਂ ਗਲਤ ਹੈਗਾ, ਵਰਨਾ ਇਹਨਾਂ 'ਚ ਕੋਈ ਪਾਬੰਦੀ ਨਹੀਂ। ਹੁਣ ਮੈਂ ਤੈਨੂੰ ਦੱਸਦਾ, ਗੋਰੇ ਨੇ ਜਿਹੜੇ, ਉਹਨਾਂ ਨੇ ਰਿਸਰਚ ਕੀਤੀ ਏ, ਉਹਨਾਂ ਨੇ ਪ੍ਰੈਕਟੀਕਲ ਕੀਤਾ। ਜਿੰਨੇ ਘੋੜੇ ਰੇਸ 'ਚ ਅੱਗੇ ਆ ਰਹੇ, ਜਿੰਨੇ ਕੁੱਤੇ ਰੇਸ 'ਚ ਅੱਗੇ ਆ ਰਹੇ, ਸਭ ਮਾਂ ਪੁੱਤਰ ਦੇ ਜੋੜੇ ਲੱਗੇ ਪਿਓ ਧੀ ਦੇ। ਆ ਉਹੀ ਉਹੀ ਜੋ ਵੀ ਅਤੇ ਉਹ ਕਹਿੰਦੇ ਨੇ ਅਪਰੂਵ, ਬਲੱਡ ਪਰੂਵ ਵੀ ਹੋ ਗਿਆ ਅਤੇ ਰਿਜ਼ਲਟ ਵੀ ਅੱਛੇ ਨੇ। ਫਿਰ ਕਜ਼ਨ ਮੈਰਿਜ ਦਾ ਕਨਸੈਪਟ ਇਨਸਾਨਾਂ ਤੇ ਕਰੀ ਬਸ। ਹਾਂਜੀ ਬਸ ਗੱਲਾਂ, ਉਹ ਲੋਕ ਗੱਲਾਂ ਜਿੰਨੇ ਮਰਜ਼ੀ ਤੁਸੀਂ ਕਰ ਲਓ, ਤੇ ਕੋਈ ਇਨਸਾਨ ਤੇ ਜਾਨਵਰ ਤੁਸੀਂ ਮਿਲਾ ਤੇ ਨਹੀਂ ਸਕਦੇ ਨੇ ਇਹਨਾਂ ਨੂੰ ਨਾ। ਬਈ ਅੱਲਾਹ ਨੇ ਫਰਕ ਰੱਖਿਆ ਹੈ, ਤੇ ਅਸੀਂ ਇਨਸਾਨ ਕੌਣ ਹੁੰਦਾ ਕਿ ਜਿਹੜਾ ਇਹਦੇ 'ਚ ਆ ਕੇ ਮੇਰੇ ਕਹਿੰਦਾ ਅਸੀਂ ਨੁਕਤਾਚੀਨੀਆਂ ਕਰਦੇ ਫਿਰੀਏ। ਆਪਣੇ ਦਿਲ ਨੂੰ ਤਸੱਲੀ ਦੇਣੀ ਜਿਵੇਂ ਮਰਜ਼ੀ।